ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਅਤੇ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਵਾਸਤੇ ਵਕਤ ਨਿਕਾਲਿਆ ਜੀ। ਜੋ ਤੁਸੀਂ ਗੱਲ ਕੀਤੀ ਹੈ ਵੀ ਮੇਰੇ ਮੁੱਢਲੇ ਸਿਸਟਮ ਤੋਂ ਮੁੱਢਲਾ ਭਾਵ, ਮੈਂ ਭਾਈ ਸ਼ਮਿੰਦਰ ਸਿੰਘ ਮੇਰੇ ਐੱਮ ਪੀ ਵੱਡੇ ਬ੍ਰਦਰ ਸੀ, ਮੈਂ ਰੋਮ ਹੈ ਜੀ। 1991 'ਚ ਮਾੜੇ ਹਾਲਾਤ ਸਮੇਂ ਉਹਨਾਂ ਦੀ ਬੰਬ ਬਲਾਸਟ ਵਿੱਚ ਡੈਥ ਹੋ ਗਈ ਸੀ। ਉਸ ਤੋਂ ਮਗਰੋਂ ਮੈਂ ਇਹਨੂੰ ਉਸ ਪਰਿਵਾਰ ਦਾ ਕਿੱਤਾ ਨੂੰ ਸੰਭਾਲਦਿਆਂ ਹੋਇਆ ਪੋਲੀਟਿਕਸ, ਮੈਂ ਵੈਸੇ 67 ਤੋਂ ਹੀ ਹੈ ਪਰ ਐਕਟਿਵ ਪੋਲੀਟਿਕਸ 91 ਤੋਂ ਆਇਆ ਹੈ ਅਤੇ ਮੈਨੂੰ 97 'ਚ ਟਿਕਟ ਮਿਲੀ ਸੀ। ਉਸ ਵੇਲੇ ਦੇ ਸਾਡੇ ਮਰਹੂਮ ਸਰ ਹਰਚਰਨ ਸਿੰਘ ਬਰਾੜ ਸਾਹਿਬ ਕਾ CM, ਜਿਹੜੇ ਕਿ ਦੋ ਵਾਰ ਗਵਰਨਰ ਵੀ ਰਹਿ ਚੁੱਕੇ ਸਨ, ਉਹਨਾਂ ਦੇ ਨਾਲ ਹੀ ਸੈਕਿੰਡ ਕਵਰੇਜ ਕੈਂਡੀਡੇਟ ਤੌਰ 'ਤੇ ਪੇਪਰ ਭਰੇ ਸੀ ਉਹਨਾਂ ਦੇ ਬੇਟੇ ਮੇਰੇ ਵੱਡੇ ਭਾਈ ਸਨੀ ਬਰਾੜ ਜੀ ਨੇ। ਉਹਨਾਂ ਦੋਨਾਂ ਨੂੰ ਕਿਸੇ ਵਜ੍ਹਾ ਕਰਕੇ ਪੇਪਰ ਵਿਡਰਾ ਕਰਨੇ ਪੈ ਗਏ। ਉਸ ਤੋਂ ਮਗਰੋਂ ਮੈਨੂੰ ਮੁਕਤਸਰ ਦੀ ਸੇਵਾ ਮਿਲੀ। ਸੇਵਾ ਦੇ ਵਿੱਚ ਮੈਂ ਮੁਕਤਸਰ ਵਿੱਚ ਆਪਦਾ ਅੱਛਾ ਯੋਗਦਾਨ ਜਿੰਨਾ ਕੁ ਪਾਉਣਾ ਫਰਜ਼ ਇਨਸਾਨ ਦਾ ਬਣਦਾ ਹੈ, ਬਤੌਰ ਇਨਸਾਨ ਪ੍ਰਕਾਸ਼ ਸਿੰਘ ਬਾਦਲ ਤੋਂ ਆਪਦੇ ਸ਼ਹਿਰ ਦੀ ਡਿਵੈਲਪਮੈਂਟ ਕਰਵਾਈ। ਇਹ ਮੇਰਾ ਸਿਆਸੀ ਜੀਵਨ ਮੁੜ ਤੋਂ ਹੈ। ਅੱਜ ਦੀ ਪੁਜੀਸ਼ਨ ਤੋਂ ਅਗਲਾ ਜੋ ਸਵਾਲ ਕਰੋ ਮੈਂ ਜਵਾਬ ਦਿਊਂਗਾ। ਤੁਹਾਡੀ ਇੱਕੋ ਗੱਲ ਦਾ ਜਵਾਬ ਹੈ ਮੇਰੇ ਕੋਲ ਕਿ ਅੱਜ ਹਰ ਥਾਂ 'ਤੇ ਪੰਜਾਬ ਵਿੱਚ ਜੇ ਵਿਕਾਸ ਹੋਇਆ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਪੰਜਾਬ ਅੱਜ ਤੀਜੀ ਥਾਂ 'ਤੇ ਮਹਿਸੂਸ ਨਾ ਹੁੰਦੀ। ਮੈਂ ਇਹ ਐਂਡਿਕ ਵੇਖੋ ਬੜਾ ਸ਼ੋਰਟ ਕਰ ਲਫਜ਼ਾਂ 'ਚ ਕਹਿ ਦਿੱਤਾ ਤੁਹਾਨੂੰ ਵੀ ਡਿਵੈਲਪ ਨਾਰਿਆਂ ਨਾਲ ਨਹੀਂ ਹੁੰਦੀ। ਜੇ ਬੇਟੀਆਂ ਦੀ ਇੱਜ਼ਤ ਕੀਤੀ ਜਾਵੇ, ਗੁੱਤਾਂ ਖਿੱਚੀਆਂ ਜਾਣ ਧਰਮ ਦੇ ਖਾਤਰ, ਪੇਪਰਵਾਰ ਗੁਰੂ ਗ੍ਰੰਥ ਸਾਹਿਬ ਦੇ ਪੇਪਰਾਂ ਦੀ ਬੇਅਦਬੀ ਵੀ ਕੀਤੀ ਜਾਵੇ, ਨੌਜਵਾਨ ਬੰਦਿਆਂ ਦੀ ਹੱਤਿਆ ਕੀਤੀ ਜਾਵੇ, ਉਹਨਾਂ ਨੂੰ ਹਾਲਾਤ ਦੇ ਮੁਤਾਬਕ ਕੋਈ ਇਨਸਾਫ ਵੀ ਨਾ ਮਿਲੇ। ਈਵਨ ਇੱਥੋਂ ਤੱਕ ਕਿ ਅੱਜ ਦੇ ਜੋ ਹਾਲਾਤ 'ਚ 3 ਜ਼ਿਲ੍ਹਿਆਂ ਵਿੱਚੋਂ ਜੋ ਪੰਜਾਬ 'ਚ ਹੋ ਰਿਹਾ, ਜਦੋਂ ਕੋਈ ਵਾਰਦਾਤ ਹੁੰਦੀ ਹੈ ਤੁਸੀਂ ਪ੍ਰੈਸ ਵਾਲੇ ਬਾਦਲ ਸਾਨੂੰ ਪੁੱਛਦੇ ਹੋ, ਉਹ ਹਰ ਥਾਂ 'ਤੇ ਬੜਾ ਬਜ਼ੁਰਗ ਹੈ, ਬੜਾ ਵਧੀਆ ਇਨਸਾਨ ਹੋ ਸਕਦਾ, ਉਮਰ ਦੇ ਤਕਾਜ਼ੇ ਨਾਲ ਗੱਲ ਕਰਨੀ ਚਾਹੀਦੀ ਹੈ, ਉਹ ਕਹਿੰਦੇ ਸਾਡਾ ਪੂਰਾ ਅਮਨ ਮਾਨ ਹੈ। ਇਹਦਾ ਲੋਕਾਂ ਤੋਂ ਨਜ਼ਰ ਆ ਰਿਹਾ ਕੀ ਅਮਨ ਮਾਨ ਹੈ, ਕੀ ਲੋਕ ਹੈ, ਕਿੰਨੇ ਅਜੇਬ ਕਤਰੇ ਵਧੇ ਹੋਏ ਆ, ਕਿੰਨੇ ਅੱਜ ਲੁੱਟਾ ਖੋ ਰਹੇ, ਕਿਹੜੇ ਰਾਤ ਨੂੰ ਟਰਾਂਸਫਾਰਮਰ ਲੈ ਜਾਂਦੇ ਆ, ਕਿਹੜੇ ਬੰਦੇ ਪਰਚੇ ਜਿਸ ਸੁਣ ਰਿਹਾ, ਸਭ ਤੁਹਾਨੂੰ ਸਭ ਨੂੰ ਇਸ ਗੱਲ ਦਾ ਪਤਾ, ਭੈਣ ਭਰਾ ਦੁਨੀਆਂ ਨੂੰ ਵੀ ਪਤਾ ਹੈ। ਨਸ਼ੇ ਦੀ ਗੱਲ ਹੈ, ਜੋ ਵੇਖੋ ਰਾਹੁਲ ਗਾਂਧੀ ਨਾਂ ਦੇ ਨਾਲ ਲਾਇਆ ਵੀ ਉਹ 70% ਨਸ਼ਾ ਕਹਿ ਕੇ ਚਲਿਆ ਗਿਆ, ਕੀ ਤੁਸੀਂ ਇਸ ਗੱਲ 'ਤੇ ਮੇਰੇ ਨਾਲ ਡਿਨਾਈ ਨਹੀਂ ਕਰੋਗੇ, ਡਰਾਈ ਕਰੋਗੇ ਕਿ ਵੀ 70% ਨਹੀਂ ਹੈਗਾ ਅਤੇ ਨਸ਼ਾ ਅੱਜ ਮੈਕਸੀਮਮ ਨਸ਼ਾ, ਜਦੋਂ ਬੱਚਿਆਂ ਨੂੰ ਰੁਜ਼ਗਾਰ ਨਾ ਮਿਲੂਗਾ, ਬੱਚਿਆਂ ਦੀ ਐਜੂਕੇਸ਼ਨ ਪੂਰੀ ਹੋ ਗਈ, ਸਾਡੇ ਤੋਂ ਥੋੜ੍ਹੇ ਸਮਾਜ ਵਿੱਚ ਜਾਗਰੂਕਤਾ ਆ ਗਈ ਅਤੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਦੀਆਂ, ਫੈਲ ਹੋ ਕੇ ਬੱਚਿਆਂ ਨਸ਼ੇ ਕਰਨੇ ਹੈ, ਤੁਸੀਂ ਕਿੰਨੀ ਮਾਤਰਾ ਕਹਿ ਸਕਦਾ ਹੈ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੀ ਨਸ਼ਿਆਂ ਦਾ। ਜੇ ਸਰਕਾਰਾਂ ਵੀ ਕਿਸੇ ਦੀ ਜਿਵੇਂ 5-7 ਸਾਲ ਦੀ ਕੋਈ ਸਰਵਿਸ ਹੋ ਗਈ ਹੋਵੇ ਆਲ ਪਾਰਟੀ ਵਿੱਚ, ਸੇਵਾ ਚੰਗੀ ਹੋਵੇ, ਯੋਗਦਾਨ ਚੰਗਾ ਹੋਵੇ, ਉਹ ਬੰਦਾ ਕਈ ਭੱਜ ਕੇ ਨੱਸ ਕੇ ਦੂਜੀ ਪਾਰਟੀ 'ਚ ਨਹੀਂ ਜਾਂਦਾ। ਜਦੋਂ ਉਹ ਅੱਜ ਦੇ ਜ਼ਮਾਨੇ ਦੇ ਮੁਤਾਬਕ ਜੋ ਸਰਕਾਰ ਸਾਡੀ ਚਾਹੁੰਦੀ ਹੈ ਹਾਲਾਤ ਮੇਂ ਸਾਨੂੰ ਲੋਕ ਕੀ ਦੇਣ ਅਤੇ ਅਸੀਂ ਲੋਕਾਂ ਤੋਂ ਕੀ ਲਈਏ, ਉਦੋਂ ਫਿਰ ਲੋਕ ਪਾਰਟੀ ਛੱਡਣ ਵਾਸਤੇ ਮਜਬੂਰ ਹੋ ਜਾਂਦੇ ਆ। ਮੈਂ ਪਹਿਲਾਂ ਤੁਹਾਨੂੰ ਕਹਿ ਤੇ ਐਜੂਕੇਸ਼ਨ ਮਾਹੌਲ ਸ਼ੁਰੂ ਹੈ, ਜੇ ਐਜੂਕੇਸ਼ਨ ਨਾ ਹੁੰਦੀ ਲੋਕ ਨੌਕਰੀਆਂ ਕਿਉਂ ਭਾਲਣ, ਡੇਬਿਡ ਐਜੂਕੇਸ਼ਨ ਦਿੰਦੇ, ਐਜੂਕੇਸ਼ਨ ਅਤੇ ਇੰਡਸਟਰੀ ਅਤੇ ਰੋਡ ਡਿਵੈਲਪਮੈਂਟ, ਇਹ ਕਿਸੇ ਵੀ ਸਟੇਟ ਦੀ ਡਿਵੈਲਪਮੈਂਟ ਦੇ 3 ਵੱਡੇ ਯੋਗਦਾਨ ਹੈ। ਠੀਕ ਹੈ, ਸਿਹਤ ਸਹੂਲਤਾਂ ਵੀ ਆਉਂਦੀਆਂ, ਪਰ ਉਹਦੇ ਬਾਅਦ ਆਉਂਦੀਆਂ, ਡਿਵੈਲਪਮੈਂਟ 'ਚ ਨਹੀਂ ਆਉਂਦੀਆਂ, ਉਹ 3 ਗੱਲਾਂ ਮੇਨ ਹੁੰਦੀਆਂ, ਉਹ ਜੋ ਪੰਜਾਬ 'ਚ ਹੋਇਆ ਤੁਹਾਨੂੰ ਪਤਾ ਹੈ। ਜੇ ਅੱਜ ਸਰ ਮਨਮੋਹਨ ਸਿੰਘ ਦੀ ਬਦੌਲਤ ਪੰਜਾਬ ਦੇ ਪਿਛਲੇ 10-7 ਸਾਲਾਂ ਸੜਕਾਂ ਬਣਦੀਆਂ ਆ ਰਹੀਆਂ, ਇਹਨਾਂ ਨੇ ਮੁਕੰਮਲ ਵੀ ਨਹੀਂ ਕਰਾਈਆਂ ਕਿਉਂਕਿ ਪੈਸੇ ਹੋਰ ਚੱਕ ਕੇ ਕਿਸੇ ਹੋਰ ਥਾਵਾਂ 'ਤੇ ਲਾ ਦਿੱਤੇ ਹੈ। ਤੁਹਾਨੂੰ ਮੇਰੇ ਨਾਲ ਇਹਨਾਂ ਗੱਲਾਂ ਜ਼ਿਆਦਾ ਪਤਾ, ਪੰਜਾਬ ਦੀ ਪਬਲਿਕ ਨੂੰ ਇਹਨਾਂ ਗੱਲਾਂ ਜ਼ਿਆਦਾ ਪਤਾ, ਪੰਜਾਬ ਦੀ ਪਬਲਿਕ ਅਵੇਅਰ ਹੋ ਚੁੱਕੀ, ਅਵੇਅਰਨੈਸ ਹੋ ਚੁੱਕੀ ਹੈ, ਸਭ ਨਿਗਾਹ ਦਾ ਰਿਜ਼ਲਟ ਹੈ। ਅੱਜ ਤਾਈਂ ਮੈਂ ਪਹਿਲੇ ਜ਼ਿਕਰ ਇੱਕੋ ਗੱਲ 'ਚ ਮੁਕਾ ਦਿੱਤਾ ਸੀ ਕਿ ਅੱਜ ਆਪ ਵਾਲਾ ਜਿਹੜਾ ਮਸਲਾ ਹੈ 3 ਨੰਬਰ 'ਤੇ ਅਕਾਲੀ ਦਲ ਕਿਉਂ ਨਜ਼ਰ ਆਉਂਦਾ, ਜੇ ਇਹਨਾਂ ਨੇ ਕੁਛ ਕੀਤਾ ਹੁੰਦਾ। ਅਸੀਂ ਮੈਨੀਫੈਸਟੋ ਤੁਹਾਡੇ ਕੋਲ ਲਾਗੂ ਹੋ ਗਿਆ, ਇੱਕ ਮੈਨੀਫੈਸਟੋ ਕੋਲੋਂ ਮੈਂ ਬਹੁਤਾ ਵਕਤ ਤੁਹਾਡਾ ਵੀ ਨਹੀਂ ਲੈਣਾ ਚਾਹੁੰਦਾ, ਮੈਨੂੰ ਅਕਸਰ ਠੀਕ ਹੈ, ਮੈਨੀਫੈਸਟੋ ਤੁਹਾਡੇ ਸਾਹਮਣੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਕੀਤਾ, ਆਪਦੇ ਲੋਕ ਅੱਜ ਵੀ 5 ਸਾਲ ਨੂੰ ਯਾਦ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਨੂੰ, ਡਿਵੈਲਪਮੈਂਟ ਉਦੋਂ ਹੋਈ, ਕਲੋਨੀਆਂ ਉਦੋਂ ਬਾਅਦ ਹੋਈਆਂ, ਇੰਡਸਟਰੀ ਉਦੋਂ ਆਈ, ਅੱਜ ਜਾ ਕੇ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਆਪਦਾ ਵੀ ਵੱਡੇ ਗਰੁੱਪਾਂ ਨੂੰ ਬੁਲਾ ਰਹੇ ਹੈ, ਕਿਸੇ ਗਰੁੱਪ ਨੇ ਆ ਕੇ 5 ਰੁਪਏ ਲਾਏ, ਜਿਹੜੇ ਲੱਗੇ ਲਗਾਏ ਆ ਵੱਡੇ ਯੂਨਿਟ ਸਾਰੇ ਪੰਜਾਬ 'ਚ ਉਲਟਾ ਜਾ ਰਹੇ ਆ। ਅਤੇ ਇਹਦੇ ਬਾਅਦ ਮੈਂ ਕੀ ਕਹਿ ਸਕਦਾ, ਲੋਕ ਆਪ ਸਿਆਣੇ ਹਨ, ਅਗਲਾ ਫੈਸਲਾ ਪਬਲਿਕ ਆਪ ਕਰੂਗੀ, ਜਵਾਬ ਦੇਊਗੀ ਪਬਲਿਕ 4 ਤਰੀਕ ਨੂੰ ਇਹਨਾਂ ਨੂੰ। ਕੋਟਪੁਰ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਪਿਛਲੇ 10-15 ਸਾਲਾਂ ਤੋਂ ਨਹੀਂ ਹੋਈ, ਜਿੱਥੇ ਅੱਜ ਤੋਂ 10 ਸਾਲ ਪਹਿਲਾਂ ਆਪਣੇ ਕੋਟਪੁਰਾ ਖੜ੍ਹਾ ਸੀ, ਕਿਉਂਕਿ ਮੇਰਾ ਅਤੇ ਕੋਟਪੁਰੇ ਦਾ ਕੋਈ ਜ਼ਿਆਦਾ ਫਰਕ ਨਹੀਂ ਸੀ, 28 ਕਿਲੋਮੀਟਰ 'ਤੇ ਬੈਠੇ ਹਾਂ। ਅੱਜ ਵੀ ਕੋਟਪੁਰਾ ਹਰ ਸੜਕ, ਹਰ ਗਲੀ, ਹਰ ਮਹੱਲਾ ਉਸੇ ਮੋੜ 'ਤੇ ਖੜ੍ਹਾ ਜਿਸ ਪੁਜੀਸ਼ਨ 28 ਸਾਲ ਪਹਿਲਾਂ ਸੀ। ਨਾਰਿਆਂ ਨਾਲ ਤਾਂ, ਪੋਸਟਾਂ ਨਾਲ ਤਾਂ, ਆ ਕਹਿਣ ਨਾਲ ਤਾਂ ਡਿਵੈਲਪਮੈਂਟ ਨਹੀਂ ਗਿਣੀ ਜਾਂਦੀ ਨਾ। ਪਰ ਮੇਰਾ ਦੇਖੋ, ਝਾੜੂ ਵਾਲੇ ਜੇ ਇੰਨੇ ਵਧੀਆ ਇਨਸਾਨ ਹੁੰਦੇ ਤਾਂ ਆਪਦੀ ਸਟੇਟ 'ਚ ਦਿੱਲੀ 'ਚੋਂ ਮੁੱਖ ਮੰਤਰੀ ਬਣੇ, ਹਰਿਆਣੇ ਤੋਂ ਰਹਿਣ ਵਾਲੇ ਹੈ,
ਅੱਜ ਜੇ ਮੁੱਖ ਮੰਤਰੀ ਬਣ ਗਿਆ ਆਪਣੀਆਂ ਸਟੇਟਾਂ ਭੱਜ ਕੇ ਮੁੱਖ ਮੰਤਰੀ ਛੱਡ ਕੇ ਦੂਜੀਆਂ ਸਟੇਟਾਂ ਉਹਨੇ ਕਿਉਂ ਚੱਕੂਗਾ? ਤੁਸੀਂ ਨਜ਼ਰ ਮਾਰੋ ਦਿੱਲੀ ਵਿੱਚ ਕੀਤਾ ਹੁੰਦਾ ਕੁਛ ਅਤੇ ਪੰਜਾਬ ਚੱਕਣ ਦੀ ਕਿਉਂ ਲੋੜ ਪੈਣੀ ਸੀ ਉਹਨਾਂ ਨੂੰ? ਅਤੇ ਉਹਨਾਂ ਦੀ ਇੱਕ ਗੱਲਾਂ ਤੋਂ, ਕੇਜਰੀਵਾਲ ਦੀਆਂ ਗੱਲਾਂ ਤੋਂ ਬਚਣਾ ਚਾਹੀਦਾ। ਹੁਣ ਜੁਆਇਨ ਕਰ ਰਹੇ ਆ ਕੁਛ ਯੂਥ ਵਾਲੇ, ਜੁਆਇਨ ਕਰ ਰਹੇ ਆ, ਫੈਡ ਅਪ ਹੋ ਕੇ ਕਰ ਰਹੇ ਆ ਨੌਕਰੀ, ਨਸ਼ਾ ਲੱਗ ਗਿਆ ਉਹ ਲੋਕ ਜਦੋਂ ਦੋਵਾਂ ਪਾਰਟੀਆਂ ਦਾ ਫੈਡ ਅਪ ਹੋ ਜਾਂਦੇ ਉਹਦੇ ਨਾਲ ਜੁੜ ਰਹੇ ਆ, ਇੰਨਾ ਕੀ ਹੋਰ? ਕੇਜਰੀਵਾਲ ਆਪਦਾ ਕੀ ਚੀਜ਼ ਹੈ? ਕੇਜਰੀਵਾਲ ਦੀ, ਕੇਜਰੀਵਾਲ ਨੇ ਪੰਜਾਬ ਵਾਸਤੇ ਕੀ ਕੀਤਾ? ਕੇਜਰੀਵਾਲ ਦਿੱਲੀ ਵਾਸਤੇ ਕੀ ਕੀਤਾ? ਤੁਸੀਂ ਐਮ ਉਹ ਅਤੇ ਅੱਜ ਦੀ ਪੰਜਾਬ ਟਾਈਮ ਲਾ ਰਿਹਾ, ਦਿੱਲੀ ਖਾਲੀ ਛੱਡੀ ਬੈਠਾ। ਜੇ ਦਿੱਲੀ ਕੁਛ ਕਰਦਾ ਤਾਂ ਉਹ ਦਿੱਲੀ 'ਚ ਬੈਠਦਾ ਹੁੰਦਾ। ਅਸੀਂ ਟਿਕਟ ਅੱਜ ਤੱਕ, ਅੱਜ ਕਿੰਨੀ ਮੇਰੀ ਟਿਕਟ ਹੋਈ ਹੈ, ਕਿੰਨੀ ਚੀਜ਼ ਅਨਾਊਂਸ ਹੋਈ ਹੈ, ਮੈਂ ਥੋਤੋਂ ਪੁੱਛਣਾ ਚਾਹੂੰਗਾ, ਦੱਸੋਗੇ ਕਿੰਨੀ ਚੀਜ਼ ਨੂੰ ਅਨਾਊਂਸ ਹੋਈ ਹੈ? ਅਤੇ ਅੱਜ ਵੀ ਹਜੇ ਹੋਣ ਜਾ ਰਹੀ ਹੈ ਟਿਕਟਾਂ, ਜਿਹੜੇ 100 ਬੰਦੇ ਦੇਣੀਆਂ ਹੁੰਦੀਆਂ, 117 ਟਿਕਟਾਂ ਲੈਣੀਆਂ, ਉਹਦੇ 'ਚ 600 ਕੈਂਡੀਡੇਟ ਸੀ। ਟਿਕਟਾਂ ਦੇਣ ਵਾਲਿਆਂ ਬੰਦਿਆਂ ਨੂੰ ਬਹੁਤ ਸੰਘਰਸ਼ ਦੇ ਵਿੱਚੋਂ ਨਿਕਲਣਾ ਪੈਂਦਾ, ਚੋਇਸ ਕਰਨੀ ਪੈਂਦੀ ਆ, ਸਮਾਂ ਲੱਗ ਜਾਂਦਾ ਪਾਰਟੀਆਂ ਕੋਲ। ਮੇਰੀ ਬਿਲਕੁਲ ਸੰਤੁਸ਼ਟੀ ਹੈ, ਮੇਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਬਹੁਤ ਸੰਤੁਸ਼ਟੀ ਹੈ। ਉਹ ਬਹੁਤ ਵਧੀਆ ਇਨਸਾਨ ਹੈ, ਮੈਂ ਆਡੋਲੋਜੀ ਵੇਖ ਕੇ, ਉਹਨਾਂ ਦੀ ਪਰਸਨੈਲਿਟੀ ਵੇਖ ਕੇ, ਉਹਨਾਂ ਕੰਮਾਂ ਨੂੰ ਵੇਖ ਕੇ 5 ਸਾਲ ਪਹਿਲਾਂ ਉਹਨੂੰ ਜੁਆਇਨ ਕੀਤਾ ਸੀ। ਮੈਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਵੀ ਅਸੀਂ ਵਿਦੇਸ਼ਾਂ ਵਿੱਚ ਹੀ ਭੱਜਦੇ ਹਾਂ, ਅਸੀਂ ਆਪਦੇ ਘਰਾਂ ਵਿੱਚ, ਆਪਦੇ ਪਰਿਵਾਰਾਂ ਵਿੱਚ, ਆਪਦੇ ਪਿੰਡਾਂ ਵਿੱਚ ਰੁਜ਼ਗਾਰ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਜਿਸ ਇਨਸਾਨ ਕੋਲ 5-4 ਏਕੜ ਵੀ ਜ਼ਮੀਨ ਹੈ, ਉਹ ਰੋਟੀ ਸੌਖੀ ਖਾ ਸਕਦਾ। ਇਹ ਠੀਕ ਹੈ, ਅੱਜ ਹੁਣ ਜ਼ਿਮੀਂਦਾਰ ਪੰਜਾਬ 'ਚ ਕਿਸਾਨੀ ਹੈ ਦੇ ਨਾਤੇ ਕਿੰਨੀਆਂ ਖੁਦਕੁਸ਼ੀਆਂ ਹੋ ਰਹੀਆਂ। ਉਹ ਖੁਦਕੁਸ਼ੀਆਂ ਦਾ ਕਾਰਨ ਆਪ ਜ਼ਿਮੀਂਦਾਰ ਖੁਦਕੁਸ਼ੀ ਕਰਨ ਵਾਲਾ ਨਹੀਂ, ਉਹਦੇ ਮਗਰੋਂ ਤਾਂ ਕੁਛ ਥੋੜ੍ਹਾ ਉਹਦੇ ਪਰਿਵਾਰ ਦਾ ਹਿੱਸਾ, ਜਿਹਨੂੰ ਪਿਛਲੇ ਸਰਕਾਰ ਵੀ ਨਹੀਂ, ਕੋਈ ਬੈਨੀਫਿਟ ਨਹੀਂ ਮਿਲਣੇ, ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ, ਖਰਚਾ ਬੱਚਿਆਂ ਨੇ ਆਪਦਾ ਸਟੈਂਡਰਡ ਸਟੇਟਸ ਵਧਾ ਲਿਆ, ਮਾਲਕ ਹੈੱਡ ਹੈ ਜਿਹੜਾ ਘਰ ਦਾ ਕਰਜ਼ਾਈ ਹੋ ਜਾਂਦਾ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਰਕਾਰ ਦੇ ਕਹਿੰਦੇ ਜੂ ਨਹੀਂ ਸਰ ਕਦੀ। ਵੋਟਰ ਦਾ ਹਮੇਸ਼ਾ ਹੀ ਸਪੋਰਟਰ ਅਤੇ ਵੋਟਰ ਇੱਕੋ ਚੀਜ਼ ਹੋਇਆ ਕਰਦੀ ਹੈ, ਅਤੇ ਜਦੋਂ ਤੁਹਾਡੇ ਲੋਕ ਪਿਆਰ ਕਰਦੇ ਹੋਣ, ਤੁਹਾਨੂੰ ਬਾਈ ਮਨੋ ਇੱਜ਼ਤ ਦਿੰਦੇ ਹੋਣ, ਸਮਝ ਕੋ ਤੁਹਾਡਾ ਵੋਟਰ ਸਪੋਰਟਰ ਤੁਹਾਡੇ ਨਾਲ ਖੜ੍ਹਾ ਹੈ।